ਸ਼ਸ਼ਿਕਾ ਜੀ, ਮੈਂ ਵੈਦ ਮਲਕੀਤ ਜਵੰਦਾ। ਅੱਜ ਜਿਹੜੇ ਵੀਰ ਬੋਡੀ ਬਣਾਉਣਾ ਚਾਹੁੰਦੇ ਆ, ਸਟੈਮਿਨਾ ਚਾਹੁੰਦੇ ਆ, ਜਿਮ ਕਰਕੇ ਰਿਕਵਰੀ ਨਹੀਂ ਹੁੰਦੀ, ਮਸਲ ਚ ਥਕਾਵਟ ਰਹਿੰਦੀ ਹੈ, ਮਸਲ ਪੇਨ ਹੁੰਦਾ ਹੈ ਤੇ ਮਸਲ ਗੇਨ ਨਹੀਂ ਹੁੰਦੇ, ਉਹਨਾਂ ਲਈ ਅੱਜ ਤੁਹਾਨੂੰ ਆਯੁਰਵੇਦ ਦੀਆਂ ਮੈਡੀਸਿਨ ਦੱਸਣ ਜਾ ਰਹੇ ਹਾਂ। ਇੱਕ ਪੂਰਾ ਯੋਗ ਹੈ ਵਰਤਣਾ ਤੁਸੀਂ ਨੇ। ਇਹਦੇ ਲਈ ਤੁਸੀਂ ਪਹਿਲੇ ਨੰਬਰ ਤੇ ਲੈਣੀ ਜੀ ਸਿੱਧ ਮਾਕਰ ਤੋਂ ਅੱਜ ਵੱਟੀ, ਠੀਕ ਹੈ ਜੀ। ਤੁਹਾਡਾ ਵੀਰਜ ਗਾੜਾ ਹੋਊਗਾ ਇਹਨਾਂ ਨਾਲ, ਸਪੈਸ਼ਲ ਵਾਲੀ ਲੈਣੀ ਸਿੱਧ ਮਾਕਰ ਤੋਂ ਅੱਜ ਸਪੈਸ਼ਲ ਵੱਟੀ, ਠੀਕ ਹੈ ਜੀ। ਤੇ ਵੀਰਜ ਗਾੜਾ ਹੋ, ਮਸਲ ਗੇਨ ਹੋਣਗੇ, ਮਸਲਾਂ ਦੀ ਥਕਾਵਟ ਹੈ ਰਿਪੇਅਰ ਹੋ, ਠੀਕ ਹੈ। ਬਸੰਤ ਕੁਸਮਾਕਰ ਰਸ ਇੱਕ ਗੋਲੀ ਸਵੇਰੇ ਇੱਕ ਰਾਤ ਨੂੰ। ਤੇ ਤੀਜੇ ਨੰਬਰ ਤੇ ਲੈਣਾ ਜੀ ਰਸ ਰਾਜ ਰਸ, ਠੀਕ ਹੈ। ਜਿੰਨੀਆਂ ਵੀ ਤੁਹਾਡੀ ਨਰਵਸ ਸਿਸਟਮ ਹੈ ਉਹਦੇ ਲਈ ਬਹੁਤ ਅੱਛਾ ਕੰਮ ਕਰਦਾ ਹੈ, ਮਸਲਾਂ ਦੀ ਰਿਪੇਅਰ ਬਹੁਤ ਜਲਦੀ ਕਰਦਾ ਹੈ, ਥਕਾਵਟ ਰਹਿੰਦੀ ਹੈ, ਉਡੂ ਉਡੂ ਸਰੀਰ ਕਰੂਗਾ। ਤੀਜੇ ਨੰਬਰ ਤੇ ਲੈਣਾ ਜੀ ਜੋਗਿੰਦਰਾ ਰਸ, ਇਹ ਵੀ ਗੋਲਡ ਯੁਕਤ ਹੁੰਦਾ ਹੈ। ਕੰਪਨੀ ਜਿਹੜੀ ਮਰਜ਼ੀ ਲੈ ਲਿਓ, ਕੰਪਨੀ ਦਾ ਕੋਈ ਚੱਕਰ ਨਹੀਂ, ਤੁਹਾਨੂੰ ਸਿਰਫ ਦਿਖਾਉਣ ਲਈ ਸ਼ੀਸ਼ੀਆਂ ਰੱਖੀਆਂ ਹੋਈਆਂ ਨੇ। ਜੋਗਿੰਦਰਾ ਰਸ ਸਵੇਰੇ ਸ਼ਾਮ ਸਾਰੀਆਂ ਦਵਾਈਆਂ ਲੈਣੀ ਨੇ ਤੁਸੀਂ, ਗੋਲੀਆਂ ਦੁੱਧ ਦੇ ਨਾਲ। ਆਪਦੀ ਰੁਟੀਨ ਵਧੀਆ ਬਣਾ ਕੇ ਰੱਖੋ, ਨਰਸੇ ਪੱਤੇ ਤੋਂ ਦੂਰ ਰਹੋ। ਤੁਹਾਨੂੰ ਹੋਰ ਕੁਝ ਵੀ ਲੈਣ ਦੀ ਜ਼ਰੂਰਤ ਨਹੀਂ ਹੈਗੀ, ਜਿਵੇਂ ਪ੍ਰੀ ਵਰਕਆਊਟ ਲੈਂਦੇ ਆ, ਇਹ ਚੀਜ਼ਾਂ ਖਾਣ ਨਾਲ ਤੁਹਾਡਾ ਸਰੀਰ ਦੀ ਰਿਕਵਰੀ ਹੋ, ਸਰੀਰ ਚ ਫੁਰਤੀ ਰਹੂਗੀ, ਸੁਸਤੀ ਨਹੀਂ ਹੋਊਗੀ, ਬਹੁਤ ਅੱਛਾ ਰਿਜ਼ਲਟ ਹੈ। ਵਰਤੋਂ ਤੇ ਲਾਭ ਉਠਾਓ। ਸਤਿ ਸ਼੍ਰੀ ਅਕਾਲ ਜੀ।